ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਖਾਦਮ ਨਾਸਰ ਚਨੋਟੀ ਅਤੇ ਹਾਫਿਜ਼ ਸਾਹਿਬ ਕੋਲ ਮੈਂ ਆਇਆ ਅੱਜ। ਇਹਨਾਂ ਨੇ ਬੜੇ ਬੜੇ ਸਵਾਲ ਕੀਤੇ ਨੇ ਅਤੇ ਮੈਂ ਵੀ ਸੋਚਿਆ ਕਿ ਛੋਟਾ ਜਿਹਾ ਇੱਕ ਇੰਟਰਵਿਊ ਇਹਨਾਂ ਦਾ ਲੈ ਲਵਾਂ। ਅਤੇ ਹਾਫਿਜ਼ ਸਾਹਿਬ, ਮੇਰਾ ਪਹਿਲਾ ਸਵਾਲ ਦੇ, ਇੱਕ ਹੀ ਕਾਰੋਬਾਰ ਕੁਛ ਨਵਾਂ ਸ਼ੁਰੂ ਤੁਸੀਂ ਕੰਮ ਕੀਤਾ ਹੈਗਾ, ਇੱਕ ਹੀ ਹੈਗਾ? ਐਸ ਨਾਮ ਅਸੀਂ ਕਿਹਾ ਕਿ ਗਰੁੱਪ ਲੈ ਕੇ ਜਾਈਏ, ਉਹ ਵਾਲੇ ਗਰੁੱਪ ਨੇ? ਨਹੀਂ, ਮੈਨੂੰ ਵੀ ਪਤਾ ਹੈਗਾ ਹੋਰ ਬੜੇ ਬੰਦੇ ਨੇ, ਉਹ ਗਰੁੱਪ ਲੈ ਕੇ ਜਾ ਰਹੇ ਨੇ, ਉਹ ਵਾਲਾ ਗਰੁੱਪ ਨਹੀਂ, ਕਿਉਂਕਿ ਹੋਰ ਮਸਲਾ ਨਾ ਲੈ ਜਾਣ। ਅਸੀਂ ਜਨਾਬ ਅਜ਼ਰਬਾਈਜਾਨ, ਜਾਪਾਨ, ਯੂਰਪ, ਟਰਕੀ, ਇਸ ਤਰ੍ਹਾਂ ਡਿਫਰੈਂਟ ਕੰਟਰੀਜ਼ 'ਚ ਗਰੁੱਪ ਲੈ ਕੇ ਜਾਂਦੇ ਹਾਂ। ਪਾਕਿਸਤਾਨ ਅੱਛੀ ਫੈਮਿਲੀਜ਼ ਜਾਂਦੀਆਂ ਸਾਡੇ ਨਾਲ, ਅੱਛੇ ਲੋਕ, ਇੱਕ 4-5 star ਪੈਕੇਜ ਹੁੰਦਾ ਹੈ, ਬੜਾ ਬਿਹਤਰੀਨ, ਸਾਰਾ ਕੁਝ ਸਾਡੇ ਜ਼ਿੰਮੇ, ਉਹਨਾਂ ਦੇ ਟੋਟਲ ਟਰਾਂਸਪੋਰਟ, ਵੀਜ਼ਾ ਸਰਵਿਸਿਜ਼, ਹਾਂਜੀ, ਟਿਕਟ, ਅੱਗੇ ਖਾਣਾ ਪੀਣਾ, ਘੁੰਮਣਾ ਫਿਰਨਾ, ਸਭ ਕੁਝ ਸ਼ਾਮਿਲ ਹੁੰਦਾ ਜੀ। ਅੱਛਾ, ਹੁਣ ਤੱਕ ਕਿੰਨੇ ਟੂਰ ਤੁਸੀਂ ਲੈ ਕੇ? ਜਾਪਾਨ ਔਰ ਅਜ਼ਰਬਾਈਜਾਨ ਗਏ, ਹਾਲੇ ਸ਼ੁਰੂ ਕੀਤੇ ਹਾਲੇ। ਅੱਛਾ, ਸਟਾਰਟ ਹੀ? ਹਾਂਜੀ, ਸਟਾਰਟ 2-3 ਮਹੀਨੇ ਹੋਏ ਨੇ, ਤੇ ਉਮਰੇ ਦਾ ਵੀ ਇਨਸ਼ਾਅੱਲਾ ਕਰਾਂਗੇ 5 star ਦੇ ਕੇ, ਅੱਛੇ ਪੈਕੇਜਸ। ਔਰ ਤੁਸੀਂ ਦੱਸੋ, ਤੁਹਾਡਾ ਕਿੱਥੇ ਜਾਣ ਦਾ ਪਲਾਨ ਹੈ? ਦੇਖੋ, ਮੇਰੀ ਗੱਲ ਸੁਣੋ, ਤੁਹਾਨੂੰ ਪਤਾ ਸਾਡੇ ਕੋਲ ਟਾਈਮ ਜਿਹੜਾ ਹੁੰਦਾ ਨਾ ਉਹ ਬੜਾ ਮਹਦੂਦ ਜਿਹਾ ਹੁੰਦਾ, ਅਤੇ ਮੈਂ ਵੀ ਚਾਹੁੰਦਾ ਕਿ ਕਿਧਰੇ ਬੱਚਿਆਂ ਦੇ ਨਾਲ ਤੁਹਾਡੇ ਨਾਲ ਟੂਰ ਕਰੀਏ। ਔਰ ਜਿਸ ਤਰ੍ਹਾਂ ਤੁਸੀਂ ਜਿੰਨੇ ਤੁਸੀਂ ਚੀਜ਼ਾਂ ਮੈਨੂੰ ਦੱਸ ਰਹੇ ਹੋ, ਠੀਕ ਹੈ, ਉਹਦੇ ਖਰਚਾ ਵੀ ਬਹੁਤ ਹੋਣਾ। ਖਰਚਾ ਤਾਂ ਹੁੰਦਾ, ਅਗਰ ਮੈਂ ਤੁਹਾਨੂੰ ਰਿਆਇਤ ਨਹੀਂ ਕੀਤੀ ਨਾ ਤਾਂ ਤੁਸੀਂ ਮੇਰੇ ਕਰ ਦੇਣਾ। ਅੱਛਾ, ਮੈਨੂੰ ਮਾਫ਼ ਕਰ, ਖਰਚਾ ਤਾਂ ਹੁੰਦਾ ਹੈ, ਹਾਂਜੀ, ਲੇਕਿਨ ਹੈਸਲ ਫ੍ਰੀ ਹੁੰਦਾ, ਯਾਨੀ ਇੱਥੇ ਫੈਮਿਲੀ ਨੂੰ ਪਤਾ ਹੈ, ਜਾਂ ਜਿਹੜੇ ਵੀ ਬੰਦੇ ਜਾ ਰਹੇ ਸਕੂਨ ਨਾਲ ਕਿ ਬਈ ਪਾਸਪੋਰਟ ਫੜਾ ਦਿੱਤਾ, ਹੁਣ ਵੀਜ਼ਾ ਆ ਗਿਆ, ਹਾਂਜੀ, ਹੁਣ ਟਿਕਟ ਵੀ ਇਹਨਾਂ ਦੇ ਜ਼ਿੰਮੇ, ਅੱਗੇ ਏਅਰਪੋਰਟ ਤੋਂ ਜਾਣਾ ਵੀ, 3 time ਦਾ ਖਾਣਾ ਪੀਣਾ ਵੀ, ਅੱਗੇ ਜਿੱਥੇ ਘੁੰਮਣ ਫਿਰਨ ਜਾਣਾ ਹੈ ਉੱਥੇ ਦੀ ਕੋਈ ਟਿਕਟ, ਉਹ ਟਿਕਟ ਵੀ, ਹੁਣ ਜਾਪਾਨ ਜਾ ਰਹੇ ਹਾਂ, ਜਾਪਾਨ ਦੀ ਹੀਰੋਸ਼ਿਮਾ ਤੋਂ ਕਿਸੇ ਹੋਰ ਸਿਟੀ ਜਾਣਾ, ਓਸਾਕਾ ਜਾਣਾ, ਕਿਤੇ ਵੀ ਟੋਕੀਓ ਜਾਣਾ, ਉਹਦੀ ਟ੍ਰੇਨ ਟਿਕਟ ਵੀ, ਫਿਰ ਹਰ ਚੀਜ਼ ਸ਼ਾਮਿਲ ਹੁੰਦੀ ਹੈ, ਤੁਸੀਂ ਇੱਕ ਵਾਰੀ ਸਕੂਨ ਨਾਲ ਉੱਥੇ ਸੌ ਜਾਣਾ। ਸਾਰੇ ਜਿਹੜਾ ਤੁਸੀਂ ਆਪਸ ਆਪ ਯੂਰਪ ਦਾ ਬਣਾਉਣਾ ਨਾ, ਤੁਸੀਂ ਮੈਨੂੰ ਜ਼ਰੂਰ ਦੱਸੋ। ਯੂਰਪ ਦਾ ਸਾਡਾ ਨਿਊ ਈਅਰ ਤੇ ਹੈ ਪਲਾਨ, ਇਨਸ਼ਾਅੱਲਾ ਸਿਲੈਕਟ। ਹਾਂ, ਕਿਉਂਕਿ ਮੈਂ ਉਹ ਇਨਸ਼ਾਅੱਲਾ ਬੱਚਿਆਂ ਦੇ ਨਾਲ ਨਾ ਆਕੇ। ਅੱਛਾ, ਜ਼ਿਆਦਾ ਤੋਂ ਜ਼ਿਆਦਾ ਕਿੰਨੇ ਦਿਨ ਦਾ ਪਲਾਨ ਹੁੰਦਾ? 5-7 days ਬਸ, 7-8 ਦਿਨ, ਹਾਂ, ਯੂਰਪ ਦਾ ਹੋ ਸਕਦਾ ਕੋਈ 10 ਦਿਨ ਦਾ ਹੋ ਜਾਵੇ, ਕਿਉਂਕਿ 5 ਮੁਲਕਾਂ ਤੇ ਜਾਣਾ, ਫਿਰ ਅਸੀਂ ਰਸ਼ੀਆ ਤੇ ਕਰ ਰਹੇ ਹਾਂ ਇਨਸ਼ਾਅੱਲਾ ਨੈਕਸਟ ਈਅਰ, ਔਰ ਰਸ਼ੀਆ ਦਾ ਵੀ 8-10 ਦਿਨ ਦਾ ਹੁੰਦਾ, ਜ਼ਿਆਦਾ ਜ਼ਿਆਦਾ 8-10 ਦਿਨ ਦਾ। ਜਿਹੜੇ ਛੋਟੇ ਟੂਰ ਨੇ ਅਜ਼ਰਬਾਈਜਾਨ, ਜੇ ਉਹ ਟਰਕੀ ਹੋ ਗਿਆ, 3-5 ਦਿਨ, 7 ਦਿਨ, ਇੰਨਾ ਹੀ ਹੁੰਦਾ। ਦੋਸਤੋ, ਗੱਲ ਮੇਰੀ ਸਮਝ ਆ ਗਈ ਤੇ ਤੁਹਾਡੀ ਸਮਝ ਵੀ ਆ ਗਈ ਹੋਣੀ, ਤੁਸੀਂ ਇਨਸ਼ਾਅੱਲਾ ਤਾਲਾ ਆਫਿਸਰਾਂ ਦਾ ਟੂਰ ਕਰੋਗੇ, ਆਫਿਸ ਸਾਹਿਬ ਤੁਹਾਨੂੰ ਜਿੱਥੇ ਵੀ ਲੈ, ਸਾਰੀ ਜ਼ਿੰਮੇਵਾਰੀ ਉਹਨਾਂ ਦਾ ਕਹਿ ਉਹਨਾਂ ਦੀਆਂ ਨੇ, ਲੇਕਿਨ ਵਾਪਸੀ ਆਉਣਾ ਤੁਹਾਡੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਇਸ ਲਈ ਕਿ ਤੁਸੀਂ ਕਿਸੇ ਮੁਲਕ ਚ ਜਾਓਗੇ ਨਾ, ਅਗਰ ਚਾਹੁੰਦੇ ਹੋ ਕਿ ਪਾਕਿਸਤਾਨ ਦਾ ਨਾਂ ਉੱਚਾ ਕਰੋ, ਠੀਕ ਹੈ, ਉਹਦਾ ਵਜ੍ਹਾ ਹੈਗੀ ਕਿ ਜਿੰਨੇ ਦਿਨ ਲਈ ਜਿਸ ਜਗ੍ਹਾ 'ਚ ਜਾਓ, ਤੁਹਾਡੇ ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ, ਖਰਚੇ ਦੀ ਕੋਈ ਪ੍ਰੋਬਲਮ ਨਹੀਂ, ਸਾਰਾ ਕੁਝ ਤੁਹਾਨੂੰ ਸਾਰਾ ਕੁਝ ਇੱਕ ਪੈਕੇਜ ਮੁਕੰਮਲ ਬਣਾ ਕੇ ਦੇਣਗੇ, ਔਰ ਤੁਹਾਡਾ ਖਿਆਲ ਵੀ ਰੱਖਣਗੇ, ਲੇਕਿਨ ਤੁਸੀਂ ਸਿਰਫ ਇੰਨਾ ਖਿਆਲ ਕਰਨਾ ਜਦੋਂ ਜਿਸ ਮੁਲਕ 'ਚ ਜਾਓ, ਵਾਪਸੀ ਇਹਨਾਂ ਦੇ ਨਾਲ ਆਓ, ਤਾਂ ਕਿ ਇਹਨਾਂ ਨੇ ਜਿਹੜਾ ਇਸ ਟਾਈਮ ਆਪਣਾ ਇਦਾਰਾ ਬਣਾਇਆ ਇਹਨਾਂ ਦੇ ਤਲਕ ਨੇ ਡਾਇਰੈਕਟ ਅੰਬੈਸੀਆਂ ਦੇ ਨਾਲ, ਇਸ ਲਈ ਤਾਂ ਕਿ ਇਹਨਾਂ ਨੂੰ ਉਹ ਫਿਕਰ ਨਾ ਹੋਵੇ ਕਿ ਜਿਹੜੇ ਬੰਦੇ ਮੇਰੇ ਨਾਲ ਆਏ ਨੇ ਉਹ ਵਾਪਸ ਨਹੀਂ ਜਾਣਗੇ, ਅਤੇ ਜ਼ਰੂਰ ਤੁਸੀਂ ਨਾਲ ਇਹਨਾਂ ਜਾਣਾ। ਔਰ ਮੈਨੂੰ ਇਸ ਗੱਲ ਦਾ ਪਤਾ ਹੈਗਾ ਹਾਫਿਜ਼ ਸਾਹਿਬ ਦਾ, ਕਿ ਇਨਸ਼ਾਅੱਲਾ ਤਾਲਾ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਗੀ, ਇਨਸ਼ਾਅੱਲਾ, ਜਿਉਂਦੇ ਰਹੋ, ਸਲਾਮਤ ਰਹੋ। ਬਹੁਤ ਸ਼ੁਕਰੀਆ।